ਜਿਵੇਂ ਕਿ ਸਰਕਾਰਾਂ ਕਹਿੰਦੀਆਂ ਵੀ ਪਰਾਲੀ ਨਾ ਸਾੜੋ, ਲੇਕਿਨ ਤੁਸੀਂ ਕਹਿ ਰਹੇ ਹੋ ਪਰਾਲੀ ਸਾੜੋ, ਉਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਡੇ ਦੇਸ਼ ਦੇ ਅੰਦਰ ਹੈ ਜਿਹੜੇ ਅਨਪੜ੍ਹ ਲੋਕ ਬੈਠ ਜਾਂਦੇ ਆ, ਉਹ ਦੇਸ਼ ਦਾ ਸੱਤਿਆਨਾਸ਼ ਕਰ ਦਿੰਦੇ ਆ। ਮੈਂ ਖੇਤਾਂ ਦੇ ਵਿੱਚ ਜਾ ਕੇ ਜੀਰੀ ਦੇ ਕੱਟਣ ਤੋਂ ਬਾਅਦ ਕਿਆ ਕਿਆ ਪਰੇਸ਼ਾਨੀ ਹੁੰਦੀ ਕਿਸਾਨ ਨੂੰ, ਇੱਕ ਤਾਂ ਉਹ ਦੇਖੀ ਆ। ਦੂਸਰੀ ਇਹ ਚੀਜ਼ ਹੈ ਕਿ ਉਹਦੇ ਵਿੱਚ ਸਾਫ਼ ਪਾਣੀ ਦੀ ਸਿੰਚਾਈ ਹੁੰਦੀ ਆ, ਉਹਦੇ ਨਾਲ ਉੱਥੇ ਜਿਹੜਾ ਮੱਛਰ ਪੈਦਾ ਹੁੰਦਾ ਉਹਦੇ ਨਾਲ ਡੇਂਗੂ ਔਰ ਮਲੇਰੀਆ ਪੈਦਾ ਹੁੰਦਾ। ਜਿਸ ਵੇਲੇ ਕਿਸਾਨ ਉਹ ਪਰਾਲੀ ਨੂੰ ਜਲਾਉਂਦਾ, ਉਹਦੇ ਅੰਦਰ ਜਿਹੜੇ ਕੀੜੇ ਪਤੰਗੇ ਆ ਕਿਸਾਨ ਲਈ ਨੁਕਸਾਨਦੇਹ ਆ, ਉਹ ਵੀ ਜਲ ਜਾਂਦੇ ਆ, ਔਰ ਦੂਸਰਾ ਜਿਹੜਾ ਮੱਛਰ ਆ ਸਾਫ਼ ਪਾਣੀ ਦਾ ਉਹ ਵੀ ਜਲ ਜਾਂਦਾ। ਕਿਸਾਨ ਸਾਡਾ ਫਾਇਦਾ ਕਰਦਾ ਉਲਟਾ, ਕਿਉਂਕਿ ਉਹ ਕਹਿੰਦੇ ਆ ਪੋਲਿਊਸ਼ਨ ਪੋਲਿਊਸ਼ਨ ਨਹੀਂ ਹੈ, ਉਹ ਸਾਨੂੰ ਮਲੇਰੀਆ ਔਰ ਡੇਂਗੂ ਤੋਂ ਬਚਾਉਂਦਾ ਆ। ਇਹ ਤਾਂ ਇਹਨਾਂ ਦਾ ਇੱਕ ਅਨਪੜ੍ਹ ਲੋਕਾਂ ਦਾ ਸੋਚਣਾ ਹੈ ਕਿ ਵੀ ਇਹਦੇ ਨਾਲ ਪ੍ਰਦੂਸ਼ਣ ਹੁੰਦਾ, 2 ਮਿੰਟ ਦੇ ਬਾਅਦ ਉੱਥੇ ਕੋਈ ਧੂੰਆਂ ਨਹੀਂ ਹੁੰਦਾ। CNG ਐਸੀ ਖਤਰਨਾਕ ਚੀਜ਼ ਆ ਜਿਹਦੇ ਨਾਲ ਅੱਖਾਂ ਦਾ ਔਰ ਫੇਫੜਿਆਂ ਦਾ ਕੈਂਸਰ ਹੁੰਦਾ। ਉਹ ਸਰਕਾਰ ਨੇ ਅੱਜ ਤੱਕ ਕਿਉਂ ਲਾਗੂ ਕੀਤੀ ਹੋਈ ਆ? ਕਿਉਂਕਿ ਇਹਨਾਂ ਦੀ ਜੇਬ ਭਰਦੀ ਆ, ਸਸਤੀ ਆਉਂਦੀ ਆ, ਮਹਿੰਗੀ ਵਿਕਦੀ ਆ। ਉਹਦੇ ਉੱਤੇ ਅਗਰ ਕਿਸਾਨ ਨੂੰ ਕਹਿੰਦੇ ਆ ਕਿ 1 ਕਰੋੜ ਰੁਪਇਆ ਫਾਈਨ ਹੋਣਾ ਚਾਹੀਦਾ, 5 ਸਾਲ ਦੀ ਸਜ਼ਾ, ਤਾਂ ਜਿਹਨਾਂ ਨੇਤਾਵਾਂ ਨੇ ਇਹ ਲਾਈ ਹੋਈ ਆ CNG, ਤਾਂ ਉਹਨਾਂ ਨੂੰ ਵੀ 5-5 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ, 1 ਕਰੋੜ ਦਾ ਫਾਈਨ ਹੋਣਾ ਚਾਹੀਦਾ। ਇੱਕ ਪਾਸੇ ਤੁਸੀਂ ਇਹ ਗੱਲ ਕਹੀ ਹੈ ਵੀ ਅੱਗ ਲਾਉਣੀ ਚਾਹੀਦੀ ਹੈ, ਕਦੇ ਕਿਸੇ ਦੇ ਖੇਤ ਦੇ ਵਿੱਚ ਖੜ ਕੇ ਤੁਸੀਂ ਆਪ ਅੱਗ ਲਵਾਈ ਹੈ ਵੀ ਲਾਓ ਮੇਰੇ ਸਾਹਮਣੇ ਲਾਓ ਦੇਖੀਏ ਵੀ ਕੋਈ ਤੁਹਾਡੇ 'ਤੇ ਪਰਚਾ ਕਰਦਾ ਕਿਸ ਤਰ੍ਹਾਂ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਡਰਿਆ ਹੋਇਆ। ਤੁਸੀਂ ਕਦੇ ਕਿਸੇ ਦੇ ਖੇਤ ਦੇ ਵਿੱਚ ਖੜ ਕੇ ਇਸ ਤਰ੍ਹਾਂ ਦਾ ਇਹ ਫਾਰਮੂਲਾ ਅਜ਼ਮਾ ਕੇ ਦੇਖਿਆ ਕਦੇ? ਬਿਲਕੁਲ, ਮੈਂ ਕਿਸਾਨ ਦੇ ਕਈ ਜਗ੍ਹਾ ਸਾਡੇ ਉੱਥੇ ਡੇਰਾਬੱਸੀ ਦੇ ਵਿੱਚ ਵੀ ਆ, ਜਿਸ ਵੇਲੇ ਉਹ ਕਹਿੰਦੇ ਜੀ ਮਤਲਬ ਪ੍ਰਸ਼ਾਸਨ ਆ ਜਾਏਗਾ, ਮੈਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਸਾਬਿਤ ਕਰੇ ਕਿ ਵੀ ਉਹ ਇਹਦੇ ਨਾਲ ਨੁਕਸਾਨ ਹੁੰਦਾ। ਹੁਣ ਮੇਰੇ ਕੋਲ ਮੋਗੇ ਦੇ ਵਿੱਚ 3 ਬੰਦਿਆਂ ਦੇ ਪਰਚੇ ਹੋਏ ਹੋਏ ਆ, ਔਰ ਉਹਨਾਂ ਨੂੰ ਮੈਂ ਸਾਫ਼ ਲਫ਼ਜ਼ਾਂ 'ਚ ਕਿਹਾ ਤੁਹਾਡਾ ਕੇਸ ਮੈਂ ਲੜੂੰਗਾ, ਤੁਹਾਨੂੰ ਲੜਨ ਦੀ ਲੋੜ ਨਹੀਂ ਆ, ਤੁਸੀਂ ਪਰਚਾ ਔਰ ਤਰੀਕ ਮੈਨੂੰ ਦੱਸ ਦੇਣੀ ਆ, ਮੈਂ ਜਾ ਕੇ ਦੇਖੂੰਗਾ, ਉਹਦੇ ਜਵਾਬ ਸਵਾਲ ਜਵਾਬ ਮੈਂ ਕਰੂੰਗਾ। ਕਿਉਂਕਿ ਸਭ ਤੋਂ ਬੜੀ ਚੀਜ਼ ਹੈ ਕਿ ਜਿਸ ਆਦਮੀ ਨੂੰ ਜਿਸ ਵਕੀਲ ਨੂੰ ਇਹ ਹੀ ਨਹੀਂ ਪਤਾ ਕਿ ਇਹਦਾ ਫਾਇਦਾ ਆ ਜਾਂ ਨੁਕਸਾਨ ਆ, ਉਹ ਕਿਆ ਕੇਸ ਲੜੇਗਾ? ਇਸ ਲਈ ਮਤਲਬ ਪ੍ਰਸ਼ਾਸਨ ਪ੍ਰਦੂਸ਼ਣ ਵਾਲੇ ਆ, ਪ੍ਰਦੂਸ਼ਣ ਅਸੀਂ ਇੰਡਸਟਰੀਆਂ ਦਾ ਗੱਲ ਕੇਸ ਚੱਲਦੇ ਆ ਮੇਰੇ 3 ਸਾਲ ਤੋਂ, ਡੇਰਾਬੱਸੀ ਦੇ ਅੰਦਰ ਐਸੀ ਇੰਡਸਟਰੀ ਆ ਜਿਹਦੇ ਨਾਲ ਕਿ ਪਿੱਛੇ ਪਾਣੀ ਦੇ ਲੀਕੇਜ ਦੇ ਨਾਲ ਮੱਝਾਂ ਨੇ ਪੀਤਾ ਔਰ ਮੱਝਾਂ ਮਰ ਗਈਆਂ, ਉਸ ਦੇ ਉੱਤੇ ਕੋਈ ਐਕਸ਼ਨ ਨਹੀਂ, ਕਿਉਂਕਿ ਉਹ ਇੰਡਸਟਰੀ ਵਾਲਾ ਉਹਦੀ ਜੇਬ ਭਰ ਰਿਹਾ। ਚੇਅਰਮੈਨ ਕਿਉਂ ਨਹੀਂ ਬੋਲਦਾ? ਕਿਉਂਕਿ ਉਹਦੀ ਜੇਬ 'ਚ ਪੈਸਾ ਜਾ ਰਿਹਾ। ਪ੍ਰਸ਼ਾਸਨ ਕਿਉਂ ਬੋਲੇਗਾ? ਕਿਉਂਕਿ ਉਹਦੇ ਵਿੱਚ ਪੈਸਾ ਆ ਰਿਹਾ, ਉਹਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਵੀ। ਜਦ ਮੈਂ ਉਹਨਾਂ ਨੂੰ ਕਿਹਾ ਵੀ ਜੀ ਤੁਸੀਂ ਇਹਨੂੰ ਚੈੱਕ ਕਰੋ, ਕਹਿੰਦੇ ਜੀ ਸਾਡੇ ਕੋਲ ਪ੍ਰਦੂਸ਼ਣ ਚੈੱਕ ਕਰਨ ਦੀ ਮਸ਼ੀਨ ਨਹੀਂ ਹੈ, ਫਿਰ ਤੁਸੀਂ ਕਿਸਾਨ ਨੂੰ ਕਿਸ ਤਰ੍ਹਾਂ ਕਹਿੰਦੇ ਹੋ ਕਿ ਇਹਦੇ ਨਾਲ ਪ੍ਰਦੂਸ਼ਣ ਹੁੰਦਾ? ਜਾਂ ਤੁਹਾਡੇ ਕੋਲ ਮਸ਼ੀਨ ਨਹੀਂ ਹੈ, ਕੋਈ ਚੀਜ਼ ਇੰਸਟਰੂਮੈਂਟ ਨਹੀਂ ਹੈ ਚੈੱਕ ਕਰਨ ਦਾ, ਤਾਂ ਤੁਸੀਂ ਕਿਸਾਨ ਨੂੰ ਕਿਸ ਤਰ੍ਹਾਂ ਕਹਿ ਸਕਦੇ ਹੋ? ਸਾਬਿਤ ਕਰੋ ਮੈਂ ਖੜਾ ਹਾਂ, ਮੇਰੇ ਨਾਲ ਗੱਲ ਕਰੋ, ਕਿਸਾਨ ਨਾਲ ਬਾਅਦ 'ਚ। ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦਾ, ਅੱਗ ਲਗਾ ਲਏ ਆ, ਤੁਸੀਂ ਲਗਾਓ, ਖੁੱਲ੍ਹੇ ਦਿਲ ਨਾਲ ਲਗਾਓ। ਅਗਰ ਪਰਚਾ ਕੱਟਦਾ ਉਹਨੂੰ ਬੋਲੋ ਬਈ ਦੇਸ਼ ਬਚਾਓ ਦਲ ਪ੍ਰਦੀਪ ਕੁਮਾਰ ਰਾਮਗੜੀਆ ਦੇ ਨਾਂ ਕੱਟ ਦੇ, ਉਹ ਪਰਚਾ ਕੱਟ ਦਿੰਦੇ ਆ, ਮੇਰੇ ਨਾਂ 'ਤੇ ਭੇਜ ਦਿਓ, ਉਹਨੂੰ ਮੈਂ ਆਪਣੇ ਆਪ ਦੇਖ ਲੂੰਗਾ। ਕਿਆ ਤੁਸੀਂ ਪਰਚਾ ਪਹਿਲਾਂ ਅੱਗ ਲਾਉਣ ਤੋਂ ਬਾਅਦ ਪਰਚੇ ਦੀ ਤਾਂ ਗੱਲ ਕਰਦੇ ਹੋ, ਤੁਹਾਨੂੰ ਤੁਸੀਂ ਡਾਇਰੈਕਟ ਅਗਲੇ ਨੂੰ ਇਹ ਕਿਉਂ ਨਹੀਂ ਕਹਿੰਦੇ ਪਹਿਲਾਂ ਅੱਗ ਲਾਉਣ ਤੋਂ ਪਹਿਲਾਂ ਮੈਨੂੰ ਫੋਨ ਕਰਿਓ ਮੈਂ ਪਹੁੰਚੂਗਾ? ਉਹਦੇ ਵਾਸਤੇ ਮੈਂ ਕਿਹਾ ਹੋਇਆ ਜੀ, ਮਤਲਬ ਕਿਸੇ ਵੇਲੇ ਜਿਸ ਤਰ੍ਹਾਂ ਹੁਣ ਮੇਰੇ ਕੋਲ ਯੂਪੀ ਬਿਹਾਰ ਤੋਂ ਆਏ ਆ, ਉਹਨਾਂ ਨੇ ਕਿਹਾ ਜੀ ਮਤਲਬ ਅਸੀਂ ਅੱਗ ਲਾਉਣੀ ਆ, ਮੈਂ ਕਿਹਾ ਜੀ ਲਾਗਾ ਦਿਓ। ਉਹ ਕਹਿੰਦੇ ਜੀ ਮਤਲਬ ਹੁਣ ਮੈਂ ਇੱਥੋਂ ਅਗਰ ਬਿਹਾਰ ਜਾਣਾ ਹੋਵੇ ਤਾਂ ਮੈਨੂੰ ਜਾਣ ਨੂੰ ਟਾਈਮ ਲੱਗੇਗਾ। ਫੋਨ 'ਤੇ ਗੱਲ ਤਕਰੀਬਨ ਪ੍ਰਸ਼ਾਸਨ ਵਾਲੇ ਇਗਨੋਰ ਕਰਦੇ ਆ, ਕਿਉਂਕਿ ਉਹ ਕਿਸਾਨ ਨੂੰ ਦਬਾਉਣਾ ਚਾਹੁੰਦੇ ਆ। ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇਸ ਚੀਜ਼ ਦੀ ਟੈਨਸ਼ਨ ਨਹੀਂ ਹੈ ਕਿ ਵੀ ਤੁਹਾਡੇ 'ਤੇ ਪਰਚਾ ਕਰੇਗਾ ਜਾਂ ਕੁਛ ਕਰੇਗਾ, ਤੁਸੀਂ ਅੱਗ ਲਗਾਓ, ਜ਼ਿੰਮੇਵਾਰੀ ਮੇਰੀ ਹੈ। ਔਰ ਮੈਂ ਖੁੱਲ੍ਹਾ ਚੈਲੇਂਜ ਦੇ ਰਿਹਾ ਕਿ ਨਰਿੰਦਰ ਮੋਦੀ ਹੋਵੇ ਜਾਂ ਕੋਈ ਵੀ ਪੋਲਿਊਸ਼ਨ ਡਿਪਾਰਟਮੈਂਟ ਦਾ ਕੋਈ ਵੀ ਆਦਮੀ ਹੋਵੇ ਮੇਰੇ ਬੈਠ ਕੇ ਸਾਹਮਣੇ ਆਰਗੂਮੈਂਟ ਕਰੇ, ਔਰ ਮੈਂ ਹਰ ਚੀਜ਼ ਦਾ ਸੈਂਟੀਫਿਕ ਰੀਜ਼ਨਲੀ ਜਵਾਬ ਦਊਂਗਾ। ਹਾਂਜੀ, ਥੋੜ੍ਹਾ ਸ਼ੋਰਟ ਦੇ ਵਿੱਚ ਇਹ ਹੈ ਜੀ, ਦੇਖੋ ਇਹ ਚੀਜ਼ ਤਾਂ ਤੁਸੀਂ ਨੋਟ ਕੀਤੀ ਹੋਏਗੀ, ਕਦੀ ਵੀ ਜਿਹੜਾ ਨਸ਼ੇ ਵਾਲਾ ਆਦਮੀ ਹੁੰਦਾ ਉਹਦੇ ਕੁਛ ਗੁਣ ਹੁੰਦੇ ਆ, ਔਰ ਜਿਹੜੇ ਕਿ ਜਿਹਦੇ ਵਿੱਚ 90 ਦੇ 99 ਦੇ ਕਹਿ 100% ਉਹਦੇ ਅੰਦਰ ਹੈ, ਤੁਸੀਂ ਇਹ ਦੇਖਿਆ ਹੋਏਗਾ। ਉਹ ਕਦੀ ਵੀ ਗੱਲ ਕਰੇਗਾ, ਸਪੀਚ ਕਰੇਗਾ, ਕਿਉਂਕਿ ਮੈਂ ਮੈਡੀਕਲ ਦਾ ਹੋਣ ਦੇ ਨਾਤੇ ਮੈਨੂੰ ਇਹ ਪਤਾ ਕਿ ਬੰਦੇ ਦੀ ਹਾਲਤ ਕੈਸੀ ਆ, ਅਤੇ ਉਹ ਬੰਦਾ ਬਚਪਨ ਤੋਂ ਹੀ ਇਸ ਚੀਜ਼ ਦਾ ਚਰਸ ਦਾ ਧੰਦਾ ਕਰਦਾ ਰਿਹਾ। ਉਸ ਤੋਂ ਬਾਅਦ ਉਹਨੇ ਉਸਨੂੰ ਬੜਾ ਕਰਨ ਵਾਸਤੇ ਘਰ ਦੇ ਵਿੱਚ ਚੋਰੀ ਕੀਤੀ, ਔਰ ਜਿਹੜੀ ਕਿ ਉਹਦੀ FIR ਵੀ ਲੋਕਾਂ ਨੇ ਪਬਲਿਸ਼ ਕੀਤੀ, ਨਿਊਜ਼ ਪੇਪਰਾਂ 'ਚ ਵੀ ਆਈ ਕਿ ਮੋਦੀ ਦੇ ਖਿਲਾਫ਼ ਉਹਦਿਆਂ ਦੇ ਪੇਰੈਂਟਸ ਦੇ ਬ੍ਰਦਰ ਨੇ ਔਰ ਸਿਸਟਰ ਨੇ ਕੀਤੀ ਹੋਈ ਆ। ਉਸ ਬੰਦੇ ਨੇ ਉਹ ਗਲਤ ਕੰਮ ਕੀਤੇ ਆ, ਔਰ ਅੱਜ ਵੀ ਉਹ ਇਹ ਚੀਜ਼ਾਂ ਸਾਬਿਤ ਕਰ ਰਿਹਾ ਕਿ ਮਤਲਬ ਦੇਸ਼ ਨੂੰ ਵੇਚਣ 'ਤੇ ਲੱਗਿਆ ਹੋਇਆ,
ਇਹ ਸਿਰਫ ਉਹੀ ਆਦਮੀ ਕਰ ਸਕਦਾ ਜਿਹੜਾ ਸਿਰਫ ਆਪਣਾ ਇੱਕ ਨਸ਼ਾ ਕਰਦਾ ਔਰ ਉਹਦੇ ਉੱਤੇ ਕੋਈ ਆਪਣਾ ਮੈਂ ਤਾਂ ਇਹ ਵੀ ਲਿਖਿਆ ਕਿ ਰਾਸ਼ਟਰਪਤੀ ਨੂੰ ਲੈਟਰ ਲਿਖਿਆ ਕਿ ਹੀ ਇਜ਼ ਏ ਮੈਂਟਲੀ ਡਿਸਆਰਡਰ ਉਹਦਾ ਦਿਮਾਗ ਬਿਲਕੁਲ ਖਤਮ ਹੋ ਚੁੱਕਿਆ ਔਰ ਇਸ ਬੰਦੇ ਦਾ ਨਾਰਕੋ ਹੋਣਾ ਚਾਹੀਦਾ ਔਰ ਇਸਦਾ ਡੋਪ ਟੈਸਟ ਹੋਣਾ ਚਾਹੀਦਾ ਔਰ ਇਸਦਾ ਇੱਥੇ DNA ਵੀ ਹੋਣਾ ਚਾਹੀਦਾ ਅਤੇ ਕਿਸ ਬਾਪ ਦੀ ਔਲਾਦ ਆ ਤਾਂ ਕਿ ਪਤਾ ਚੱਲੇ ਕਿ ਇਹਦੇ ਬਾਰੇ ਇਹਦਾ ਕਰੈਕਟਰ ਕਿਆ ਰਿਹਾ।